ਅੱਛਾ, ਕਿਹੜੀ ਤਰੀਕ ਦੀ ਹੋ ਗਈ ਟਿਕਟ? ਹਾਂਜੀ 11 ਤਰੀਕ ਦੀ ਹੋ ਗਈ ਭਾਜੀ, ਇੱਥੇ 11 ਨੂੰ ਉਹਨਾਂ ਨੇ ਪਹੁੰਚ ਜਾਣਾ। 11 ਤਰੀਕ ਨੂੰ ਪਹੁੰਚ ਜਾਣਾ। ਫਿਰ ਡਾਕੂਮੈਂਟਸ ਹੋ ਗਏ ਸਾਰੇ? ਡਾਕੂਮੈਂਟਸ ਜਿਹੜੇ ਲਿਆਣੇ ਉਹਨਾਂ ਨੇ? ਹਾਂਜੀ ਉਹਨਾਂ ਨੇ ਜਿਹੜੀ ਤੁਸੀਂ ਭੇਜੀ ਸੀਗੀ ਅਪਰੂਵਲ ਲੈਟਰ, ਉਹ ਤਾਂ ਪ੍ਰਿੰਟ ਵਗੈਰਾ ਕਰਵਾ ਲਈ। ਤਦ ਇੱਕ ਉਹ ਪੁੱਛਦੇ ਸੀਗੇ ਵੀ ਜਿਵੇਂ ਕਿ ਬੇਟੀ ਦਾ ਕੋਰਸ 2 ਸਾਲ ਦਾ ਏ, ਤਾਂ ਉਹਨਾਂ ਕੋਲੇ ਵੀਜ਼ਾ 1 ਸਾਲ ਦਾ ਵੀ, ਏਦਾਂ ਤਾਂ ਨਾ ਕੋਈ ਇਮੀਗ੍ਰੇਸ਼ਨ ਵਾਲੇ ਉਹਨਾਂ ਤੋਂ ਪੁੱਛਣਗੇ ਕੋਈ ਕੁਐਸਚਨ? ਨਹੀਂ, ਇਸ ਤਰ੍ਹਾਂ ਦੀ ਕੋਈ ਕੋਈ ਪ੍ਰੋਬਲਮ ਨਹੀਂ ਹੈ। ਬਸ ਇਹ ਜ਼ਰੂਰ ਹੈ ਕਿ ਤੁਹਾਡੇ ਜਿਹੜੇ ਮਦਰ ਦੇ ਡਾਕੂਮੈਂਟਸ, ਮਦਰ ਦਾ ਵਰਕ ਪਰਮਿਟ ਅਤੇ ਹਾਂਜੀ ਵੱਧ ਤੋਂ ਵੱਧ ਮਦਰ ਦੀ ਜੋ ਬੈਂਕ ਸਟੇਟਮੈਂਟ, ਬਸ ਇਸ ਤੋਂ ਜ਼ਿਆਦਾ ਹੋਰ ਲੋੜ ਰਿਕੁਆਇਰਮੈਂਟ ਨਹੀਂ ਹੈ। ਅੱਛਾ, ਬੈਂਕ ਸਟੇਟਮੈਂਟ ਉਹ ਕੋਲ ਰੱਖਣ ਮੇਰੀ ਹੋਣ ਵਾਲੀ ਪ੍ਰੈਜ਼ੈਂਟ? ਹਾਂਜੀ 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 ਠੀਕ ਹੈ ਜੀ। ਹਾਂਜੀ ਕੋਈ ਨਾ, ਮੈਂ ਉਹਨਾਂ ਨੂੰ ਸੈਂਡ ਕਰ ਵਟਸਐਪ ਤੇ, ਹਾਂਜੀ ਉਹਨਾਂ ਨੂੰ ਵਟਸਐਪ ਤੇ ਮੈਂ ਸੈਂਡ ਕਰ ਦੂੰਗੀ, ਫਿਰ ਉਹ ਪ੍ਰਿੰਟ ਕਢਵਾ ਲੈਣਗੇ ਉਹਨਾਂ ਦੀ। ਹਾਂਜੀ 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 ਠੀਕ ਹੈ। ਉਹ ਬਾਕੀ ਉਹਨਾਂ ਕੋਲ ਰਜਿਸਟਰ ਸਰਟੀਫਿਕੇਟ ਹੋਊਗਾ ਬੇਟੀ ਦਾ, ਜਿਹੜਾ ਜੀਓਸੀ ਕਰਵਾਇਆ ਅਕਾਊਂਟ ਦਾ। ਹਾਂ ਹਾਂ ਨਹੀਂ, ਉਹ ਤੇ ਬੇਟੀ, ਹਾਂ ਬੇਟੀ ਦਾ, ਕਿਉਂਕਿ ਛੋਟੇ ਛੋਟੇ ਜਿਹੜੇ ਜੋ ਬੇਟੇ ਦਾ ਤਾਂ ਕੁਛ ਨਹੀਂ, ਮਤਲਬ ਜਿਹੜੇ ਬੇਟੀ ਦਾ ਐਡਮਿਸ਼ਨ ਲੈਟਰ, ਕਾਲਜ ਦਾ ਜਿਹੜਾ ਯੂਨੀਵਰਸਿਟੀ ਦਾ ਐਡਮਿਸ਼ਨ ਲੈਟਰ, ਫਿਰ GIC ਹਾਂਜੀ ਤੇ ਬਸ, ਹੋਰ ਤਾਂ ਕੋਈ ਚੱਕਰ ਨਹੀਂ। ਹੋਰ ਦੱਸ, ਐਡਮਿਸ਼ਨ ਲੈਟਰ ਐਂਡ GIC ਇਜ਼ ਇਨਫ। ਅੱਛਾ ਜੀ, ਤਾਂ ਉਹ ਮੈਂ ਇਹ ਪੁੱਛਣਾ ਸੀ ਇੱਕ ਭਾਜੀ ਵੀ ਉਹਦਾ ਬੇਟੇ ਦਾ ਸਕੂਲ ਲਿਵਿੰਗ ਸਰਟੀਫਿਕੇਟ ਫਿਰ ਉੱਥੋਂ ਲੈ ਆਉਣ ਆਉਂਦੇ ਹੋਏ? ਹਾਂਜੀ ਹਾਂਜੀ ਲਿਆਓ। ਹਾਂਜੀ ਅੱਛਾ ਅੱਛਾ ਠੀਕ ਹੈ ਜੀ। ਤੇ ਬਸ ਇਹੀ ਮੇਨ ਤਾਂ ਸੀਗਾ ਪੁੱਛਣਾ, ਬਸ ਇੱਕ ਹੋਰ ਤਾਂ ਨਹੀਂ ਕੋਈ ਕੁਐਸਚਨ ਪੁੱਟ ਕਰਦੇ ਉਹਨਾਂ ਤੋਂ? ਨਹੀਂ, ਹੋਰ ਨਾ ਹੋਰ ਕੋਈ ਕੁਐਸਚਨ ਤਾਂ ਨਹੀਂ ਪੁੱਟ ਕਰਨਾ, ਹੋਰ ਤਾਂ ਕੋਈ ਕੁਐਸਚਨ ਨਹੀਂ ਪੁੱਟ ਕਰਨਾ। ਤੇ ਉਹ ਜਿਹੜਾ ਤੁਹਾਡੇ ਕੋਲ ਜਿਹੜਾ ਈਮੇਲ ਐਡਰੈਸ, ਉਹ yahoo1980@yahoo.com, ਉਹ ਤੁਹਾਡਾ ਹੀ ਹੈ ਕਿ ਉਹਨਾਂ ਦੇ ਬੱਚਿਆਂ ਦਾ ਹੈ? ਨਹੀਂ ਜੀ ਮੇਰਾ ਹੀ ਹੈ। ਹਾਂਜੀ ਅੱਛਾ 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 ਹਾਂਜੀ ਚਲੋ ਸੇਮ ਉਹੀ। ਹਾਂਜੀ ਬੱਚਿਆਂ ਨੇ ਉਹਦੇ ਫੋਨ ਤੇ ਓਪਨ ਕੀਤੀ ਹੋਈ ਆਈਡੀ, ਬਟ ਉਹ ਅੱਛਾ ਮੇਰਾ ਹੀ ਐਡਰੈਸ। ਅੱਛਾ 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 ਦੇਖ ਲਓ, ਤੁਹਾਨੂੰ ਮੈਂ ਇੱਕ ਦੇਖੋ, ਸ਼ਾਇਦ ਖੁੱਲ ਰਹੀ ਆਈਡੀ, ਖੁੱਲ ਈਮੇਲ ਖੁੱਲ ਕੇ ਦੇਖੋ ਜਰਾ। ਹਾਂਜੀ ਇਸੇ ਫੋਨ ਤੇ ਖੁੱਲ ਜਾਏਗੀ ਜਾਂ ਕੋਈ ਹੈ ਆਪਣਾ ਕੰਪਿਊਟਰ ਵੀ ਸਾਹਮਣੇ? ਹਾਂਜੀ ਫੋਨ ਤੇ ਖੁੱਲਣੀ ਹੈ ਮੈਂ ਭਾਜੀ, ਦੂਸਰੇ ਫੋਨ ਤੇ ਨਹੀਂ? ਯਾਹੂ ਖੋਲ ਕੇ ਦੇਖੋ ਦੂਸਰੇ ਤੇ ਫੋਨ। ਦੂਜੇ ਫੋਨ ਤੇ ਨਹੀਂ ਖੁੱਲੂਗੇ ਭਾਜੀ, ਇੱਕ ਮਿੰਟ ਵੇਟ ਕਰੋ ਮਾੜਾ ਜਿਹਾ। ਅੱਛਾ ਮੇਬੀ ਫੋਟੋ ਤੁਹਾਡੀ ਚਲੀ ਗਈ ਮੇਰੇ ਖਿਆਲ, ਪਾਸਪੋਰਟ ਫੋਟੋ ਚਲੀ ਗਈ। ਯਾ ਥੈਂਕ ਯੂ ਭਾਜੀ, ਥੈਂਕ ਯੂ। ਫੋਟੋ ਤੇ ਆਈ ਨਹੀਂ ਰਹੀ ਹੈ, ਬੰਦ ਕਰ ਦੋ ਈਮੇਲ ਪਹਿਲਾਂ, ਫਿਰ ਆਏਗੀ ਫੋਟੋ। ਹਾਂਜੀ ਹਾਂਜੀ ਕਰ, ਥੈਂਕ ਯੂ ਸੋ ਮਚ ਭਾਜੀ। ਜੇ ਉਹਨਾਂ ਦਾ ਲੱਗ ਗਿਆ ਨਾ, ਸਾਰੇ ਇੰਡੀਆ ਦਾ ਲੱਗ ਗਿਆ, ਜੇ ਮੇਰੇ ਹਸਬੈਂਡ ਦਾ ਵੀਜ਼ਾ ਲੱਗ ਗਿਆ ਤਾਂ ਤੁਸੀਂ ਸਮਝੋ। ਆ ਜਸਟ ਅ ਮਿੰਟ, ਜਸਟ ਅ ਮਿੰਟ, ਤੁਹਾਡੇ ਹਸਬੈਂਡ ਦਾ ਲੱਗਿਆ ਤੇ ਮੇਰਾ ਸਾਰਾ ਇੰਡੀਆ ਦਾ ਲੱਗ ਗਿਆ? ਮਤਲਬ ਲੱਗ ਗਿਆ ਜੀ, 10 ਸਾਲ ਤੋਂ ਇੰਨੇ ਐਕਸਾਈਟਡ ਸੀ ਉਹਨਾਂ ਨੇ, ਅਸੀਂ ਇੰਨੀਆਂ ਟੱਕਰ ਮਾਰੀਆਂ ਸੀ, ਉਹਨੂੰ ਵਿਚਾਰੇ ਦਾ ਵੀਜ਼ਾ ਨਹੀਂ ਸੀ ਕਿਤੇ ਵੀ ਮਿਲਿਆ। ਸਭ ਤੋਂ ਜ਼ਿਆਦਾ ਭਾਜੀ ਉਹਨਾਂ ਦੀ ਤਮੰਨਾ ਸੀ ਕਿ ਮੈਂ ਬਾਹਰ ਜਾਣਾ ਹੀ ਜਾਣਾ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਾਸਪੋਰਟ ਰਿਕੁਐਸਟ ਹੈ, ਹੁਣੇ ਫੋਨ ਕਰੋ ਮੇਰੇ ਖਿਆਲ, ਹੁਣ ਸਵੇਰੇ 5 ਵਜ ਗਏ ਸ਼ਾਇਦ, ਤੇ ਉਹਨਾਂ ਨੂੰ ਕਹੋ ਕਿ ਅੱਜ ਹੀ ਜਾ ਕੇ, ਸਵੇਰੇ ਹੀ ਜਾ ਕੇ ਆਪਣੇ VFS ਜਮਾ ਕਰੋ ਤੇ ਵੀਜ਼ਾ ਸਟੈਂਪ ਕਰਾਓ, ਤੇ ਅਗਰ ਜੇ ਹੁੰਦਾ ਹੋਇਆ ਤੇ 11 ਤਰੀਕ ਨੂੰ ਬੱਚਿਆਂ ਦੇ ਨਾਲ ਹੀ ਫਾਦਰ ਤੇ ਕਰਾਓ, ਅਗਰ ਜੇ ਪੋਸਿਬਿਲਟੀ ਹੈ। ਹਾਂਜੀ ਹਾਂ, ਥੈਂਕ ਯੂ ਸੋ ਮਚ ਭਾਜੀ, ਮੇਰੇ ਕੋਲ ਮੈਂ ਕਿੰਨੇ ਤੁਹਾਡਾ ਦੇਣ ਦੇ ਸਕੂ, ਸਾਰੀ ਉਮਰ ਮੈਂ ਤੁਹਾਡਾ ਦੇਣ ਦੇ ਸਕਦੀ। ਸਾਨੂੰ ਤੁਹਾਡਾ ਨੰਬਰ ਦੇਵਾਂਗੇ, ਕੋਈ ਵੀ ਸਾਡੇ ਨਾਲ ਗੱਲ ਕਰਨਾ ਅਸੀਂ ਇਹ ਕਹਾਂਗੇ ਕਿ ਉੱਥੇ ਫੋਨ ਕਰੋ ਜੀ। ਹਾਂਜੀ ਮੈਂ ਭਾਜੀ ਉਹਨਾਂ ਦੇ ਬੋਲ ਪਕਾਉਂਦੀ ਇੱਥੋਂ ਤੱਕ ਪਹੁੰਚ ਗਈ ਹਾਂ, ਪਰ ਮੈਂ ਨਾ ਤੁਹਾਡਾ ਸਾਰੀ ਉਮਰ ਅਹਿਸਾਨ ਨਹੀਂ ਭੁੱਲ ਸਕਦੀ ਭਾਜੀ। ਨਹੀਂ ਨਹੀਂ ਇਹ ਤੇ ਵਾਹਿਗੁਰੂ ਦੀ ਕਿਰਪਾ ਹੈ, ਮੇਰਾ ਕੁਛ ਨਹੀਂ ਹੈ ਇਹਦੇ ਵਿੱਚ। ਤੇ ਤੁਸੀਂ ਪਹਿਲਾਂ ਇਹ ਦੱਸੋ ਕਿ ਬੱਚਿਆਂ ਦੇ ਸਟੈਂਪ ਲੱਗੇ ਨਾ, ਵੀਜ਼ੇ ਲੱਗੇ ਪਾਸਪੋਰਟ ਤੇ? ਹਾਂਜੀ ਹਾਂਜੀ, ਉਹ ਤਾਂ ਦੇਖ ਕੇ ਦੋਨੋਂ ਮਿਲ ਗਏ ਸੀ ਉਹਨਾਂ ਨੂੰ, ਦੇਖ ਕੇ ਉਹਨਾਂ ਨੂੰ ਤਸੱਲੀ ਹੋ ਗਈ, ਅਸਲੀ ਹੈ ਨਾ, ਦੇਖ ਕੇ ਪਤਾ ਲੱਗਿਆ ਕਿ ਭਈ ਅਸਲੀ ਚੀਜ਼ ਹੈ ਕਿ ਐਮਬੈਸੀ ਤੋਂ ਆਈ ਹੈ। ਹਾਂਜੀ ਹਾਂਜੀ, ਉਹਨਾਂ ਨੂੰ ਉਦਾਂ ਹੀ ਹੋ ਗਿਆ ਸੀਗਾ, ਉਹ ਚੱਲ ਏਦਾਂ ਮੈਨੂੰ ਇਹ ਸੀਗਾ ਵੀ ਮੇਰੇ ਹਸਬੈਂਡ ਦਾ ਵੀ ਆ ਜਾਏ, ਪਰ ਉਹ ਇਹ ਕਹਿੰਦੇ ਸੀ ਚੱਲ ਬੱਚਿਆਂ ਦਾ ਲੱਗ ਗਿਆ ਸਭ ਕੁਛ ਵਿੱਚ ਹੀ ਆ ਜਾਏਗਾ,
ਤੇ ਮੈਂ ਉਹਦੇ ਲਈ ਸੋਚਦੀ ਸੀ ਸਭ ਤੋਂ ਪਹਿਲਾਂ ਉਹ ਫਿਰਦੇ ਆ ਇਸ ਲਾਈਨ ਤੇ ਆਏ ਆ ਵੀ ਇਹ ਨਾ ਹੋਵੇ ਉਹਨਾਂ ਦਾ ਕਿਸੇ ਤਰ੍ਹਾਂ ਰਹਿ ਜਾਵੇ ਵੀ ਜਾਂ ਕੁਛ ਵੀ ਆ ਮੇਰੇ ਮਨ ਚ ਇਹ ਸੀਗਾ ਵੀ ਉਹਨਾਂ ਦੀ ਵੀ ਜ਼ਿਆਦਾ ਐਕਸਾਈਟਮੈਂਟ ਆ ਉੱਤੇ ਇਹ ਸਲਾਹ ਮੈਂ ਤੁਹਾਨੂੰ ਪਿਛਲੇ ਕੱਲ ਪਰਸੋਂ ਹੀ ਦਿੱਤੀ ਸੀ ਕਿ ਵੀ ਤੁਸੀਂ ਬੱਚਿਆਂ ਦਾ ਕਰਾ ਲਓ ਅਗਰ ਹਸਬੈਂਡ ਦਾ ਜੋ ਵੀ ਕੁਛ ਹੋਏਗਾ ਆਪਾਂ ਦੇਖਾਂਗੇ ਪਰ ਇਦਾਂ ਨਾ ਹੋਵੇ ਕਿ ਉਹਨਾਂ ਦਾ ਬੱਚਿਆਂ ਦਾ ਟਾਈਮ ਖਤਮ ਹੋ ਜਾਏ ਸੋ ਹਾਂਜੀ ਅੱਜ ਹੀ ਸਵੇਰੇ ਜਦ ਮੈਂ ਈਮੇਲ ਖੋਲੀ ਸਵੇਰੇ ਕਰੀਬ 5 ਜਾਂ 6 ਵਜੇ ਅੱਜ ਹੀ ਸਵੇਰੇ ਮਤਲਬ ਰਾਤ ਇੰਡੀਆ ਦੇ ਸਵੇਰੇ ਦੁਪਹਿਰੇ ਹੋਇਆ ਹੋਏਗਾ ਮੇਰੇ ਖਿਆਲ ਰਿਕੁਐਸਟ ਤੇ ਸਵੇਰੇ ਮੈਂ ਦੇਖਿਆ ਮੈਂ ਤਾਂ ਸਵੇਰੇ ਤੇ ਤੁਹਾਨੂੰ 10 ਵਾਰ ਕਾਲ ਕਰ ਚੁੱਕਿਆ ਮੇਰੇ ਖਿਆਲ ਪਰਮਾਤਮਾ ਨੇ ਅੱਜ ਸ਼ੁਭ ਕਲੀ ਦਿੱਤੀ ਅੱਜ ਕੰਮ ਹੋ ਗਿਆ ਦੋਨਾਂ ਦਾ ਤਿੰਨੋਂ ਦਾ ਹੋ ਗਿਆ ਸੋ ਹੁਣ ਮੇਰਾ ਆਖਰੀ ਸਵਾਲ ਇਹ ਹੈ ਕਿ ਵੀ ਤੁਹਾਡੇ ਉਹਨਾਂ ਦੀ ਬੱਚਿਆਂ ਦੀ ਦਾਦੀ ਜੀ ਬੈਠੀ ਉਹਨਾਂ ਦਾ ਕੀ ਬਣੇਗਾ ਹੁਣ ਹਾਂਜੀ ਮੇਰੀ ਭਾਜੀ ਇਹ ਤਮੰਨਾ ਵੀ ਉਹਨਾਂ ਕੋਲੇ ਵੀ ਹੋਰ ਮੇਰੇ ਹਸਬੈਂਡ ਦੇ ਕੋਈ ਸਿਸਟਰ ਤੇ ਬ੍ਰਦਰ ਹੈ ਨਹੀਂਗੇ ਤਾਂ ਉਹਨਾਂ ਨੂੰ ਅਸੀਂ ਇਹੀ ਚਾਹੁੰਦੀ ਆ ਵੀ ਅਸੀਂ ਵੀ ਕਿ ਅਸੀਂ ਉਹਨਾਂ ਨੂੰ ਦਿਖਾਉਣਾ ਚਾਹੁੰਦੀ ਆ ਮੈਂ ਉਹਨਾਂ ਨੂੰ ਦੋਨਾਂ ਨੂੰ ਕੈਨੇਡਾ ਮੇਰੇ ਸੱਸ ਸਹੁਰਿਆਂ ਜਿਨ੍ਹਾਂ ਨੇ ਮੇਰੀ ਇੰਨੀ ਹੈਲਪ ਕੀਤੀ ਉਹਨਾਂ ਦਾ ਮੈਂ ਵਰਕ ਵਿਜ਼ਟਰ ਵੀਜ਼ਾ ਅਪਲਾਈ ਕਰਕੇ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਦਿਖਾਉਣਾ ਚਾਹੁੰਦੀ ਆ ਬਸ ਚਲੋ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਉਹਨਾਂ ਨੂੰ ਆਣ ਦਿਓ ਮੇਰਾ ਖਿਆਲ ਹੈ ਕਿ ਦਸੰਬਰ 11 ਤਰੀਕ ਨੂੰ ਤੇ ਹੋਲੀ ਦੀਵਾਲੀ ਇਕੱਠੀ ਮਿਲੇਗੀ ਵੈਸੇ ਇੱਥੇ ਸਰੀ ਹਾਂਜੀ ਹਾਂਜੀ ਮੈਂ ਤੇ ਐਕਚੁਅਲੀ ਮੈਂ ਤੇ ਐਕਚੁਅਲੀ ਦੇਖਣਾ ਚਾਹਣਾ ਕਿ ਆਕੀ ਵੀ ਉਸ ਦਿਨ ਤੁਸੀਂ ਕਰੋਗੇ ਕਿ ਉਸ ਦਿਨ ਜਿਸ ਦਿਨ ਤੁਸੀਂ 에ਅਰਪੋਰਟ ਜਾ ਕੇ ਤਿੰਨੋਂ ਹੀ ਮੈਂਬਰ ਨੂੰ ਲੈਣ ਆਓਗੇ ਇੱਕ ਲੱਗ ਰਿਹਾ ਜਿਸ ਤਰ੍ਹਾਂ ਸੁਪਨਾ ਪਤਾ ਨਹੀਂ ਕਿੰਨੇ ਸਾਲ ਤੋਂ ਸੁਪਨਾ ਦੇਖ ਰਹੇ ਆ ਉਹ ਬਿਲਕੁਲ ਉਹ ਪੂਰਾ ਹੋ ਰਿਹਾ ਹੈ ਹਾਂਜੀ ਭਾਜੀ ਮੇਰੀ ਮੈਰਿਜ ਨੂੰ ਮੈਂ 20 ਸਾਲ ਹੋ ਗਏ ਮੈਂ ਉਦੋਂ ਦੀ ਇਸ ਲੈਂਡ ਚ ਪਈ ਹੋਈ ਆ ਤੁਸੀਂ ਬਲੀਵ ਨਹੀਂ ਕਰਨਾ ਮੇਰੀ ਪੇਰੈਂਟਸ ਫੈਮਿਲੀ ਇੱਥੇ ਸੀਗੀ ਇਹੀ ਸੁਪਨਾ ਸੀਗਾ ਵੀ ਮੇਰੇ ਹਸਬੈਂਡ ਦਾ ਸੀ ਉਹਨਾਂ ਦੇ ਮਗਰ ਫਿਰ ਮੈਨੂੰ ਵੀ ਹੈਵ ਟੂ ਉਦਾਂ ਕਰਨਾ ਹੀ ਪੈਂਦਾ ਸੀ ਆਪਾਂ ਨੂੰ ਹਨਾ ਤਾਂ ਵੀ ਉਦੋਂ ਦੀ ਮੈਂ ਇਸ ਲੈਂਡ ਚ ਪਈ ਸੀ ਅੱਜ ਹੁਣ ਸਾਡੀ 13 ਦਸੰਬਰ ਨੂੰ ਮੈਰਿਜ ਐਨਵਰਸਰੀ ਆ ਅਸੀਂ 20 ਸਾਲ 21 ਸਾਲ ਬਾਅਦ ਮੈਰਿਜ ਤੋਂ ਮੈਂ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਆ 13 ਦਸੰਬਰ ਨੂੰ ਮੈਰਿਜ ਐਨਵਰਸਰੀ ਆ ਜਿਹੜੇ ਕਲੀਗ ਹੈ ਜਸਵੀਰ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਇਧਰ ਆਓ ਤੇ ਫਿਰ ਦੂਸਰਾ ਥੈਂਕ ਯੂ ਹੈ ਸੁਖਮਨਜੀਤ ਜਿਹੜੇ ਤੁਹਾਡੇ ਉੱਥੇ ਸਰੀ ਰਹਿ ਰਹੇ ਹੈ ਉਹਨਾਂ ਨੇ ਵੀ ਕਾਫੀ 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 ਮਿਹਨਤ ਕੀਤੀ ਹੈ ਬਾਕੀ ਇਹ ਸਾਰੇ ਸੰਜੋਗਾਂ ਦੀ ਖੇਡ ਹੈ ਐਕਚੁਅਲੀ ਕਰਨ ਕਰਾਉਣ ਵਾਲਾ ਤਾਂ ਉੱਪਰ ਵਾਲੀ ਸ਼ਕਤੀ ਹੁੰਦੀ ਹੈ ਆਪਾਂ ਦਾ ਸਾਡੇ ਨਾਮ ਉਦਾਂ ਹੀ ਲੱਗ ਜਾਂਦਾ ਕਿ ਵੀ ਇਹਨਾਂ ਨੇ ਕਰਾਇਆ ਉਹਨਾਂ ਨੇ ਕਰਾਇਆ ਬਟ ਆਈ ਕੈਨ ਟੈਲ ਯੂ ਆਨੈਸਟਲੀ ਇਟ ਇਜ਼ ਜਸਟ ਅ ਯੂਜੁਅਲ ਐਪਲੀਕੇਸ਼ਨ ਇਹ ਕੋਈ ਖਾਸ ਮਤਲਬ ਇਹਦੇ ਵਿੱਚ ਕੁਛ ਅਸੀਂ ਕੁਛ ਖਾਸ ਜ਼ਿਆਦਾ ਇਹ ਨਹੀਂ ਕੁਛ ਸਟ੍ਰੈਟਜੀ ਵਰਤੀ ਹੈ ਕੁਛ ਇਸ ਤਰ੍ਹਾਂ ਦੀ ਜਸਟ ਅ ਨਾਰਮਲ ਐਪਲੀਕੇਸ਼ਨ ਤੇ ਤੁਹਾਡੇ ਸੰਜੋਗ ਮੈਂ ਵਾਹਿਗੁਰੂ ਅੱਗੇ ਇਹ ਪ੍ਰੇਅਰ ਕਰਦੀ ਸੀ ਮੈਂ ਅਸੀਂ ਦੋਨਾਂ ਜੀ ਨੰਬਰ ਛਕਿਆ ਵੀ ਵਾਹਿਗੁਰੂ ਮੇਰੀ ਲਾਜਪਤ ਰੱਖੀ ਮੈਂ ਇਸ ਲੈਣ ਚ ਪਈ ਆ ਪਰ ਮੈਨੂੰ ਇਦਾਂ ਲੱਗਦਾ ਵੀ ਮੇਰੇ ਪ੍ਰਮਾਤਮਾ ਤੁਹਾਡੇ ਵਿੱਚ ਵੀ ਹੋ ਕੇ ਮੇਰੀ ਲਾਜਪਤ ਰੱਖ ਲਈ ਅੱਜ ਹਾਂਜੀ ਤੁਹਾਨੂੰ ਪਤਾ ਚੋਣਾ ਕਿੰਨਾ ਸਭ ਤੋਂ ਵੱਧ ਔਖਾ ਹੋ ਜਾਂਦਾ ਫਿਰ ਮੈਂ ਇਸ ਲੈਣ ਤੇ ਲੱਗੀ ਸੀਗੀ ਮੈਨੂੰ ਵੀ ਭਾਜੀ ਜਿਹਨੂੰ ਵੀ ਨਹੀਂ ਸੀ ਕਿਸੇ ਗੱਲ ਦਾ ਪਤਾ ਮੈਨੂੰ ਉਹਨਾਂ ਨੇ ਵੀ ਗੱਲਾਂ ਪਤਾ ਕੀਤੀਆਂ ਸੀਗੀਆਂ ਵੀ ਏਦਾਂ ਚਲੀ ਗਈ ਆ ਜੇ ਉਹ ਮੈਂ ਸੋਚਦੀ ਸੀ ਚਲੋ ਵਾਹਿਗੁਰੂ ਮੇਰੇ ਨਾਲ ਆ ਆਸਰਾ ਲੈ ਕੇ ਮੇਰੇ ਤੱਕ ਪਹੁੰਚੀ ਹਾਂਜੀ ਚਲੋ ਹੁਣ ਦੁੱਖ ਦੀ ਘੜੀ ਟਲ ਗਈ ਹੁਣ ਖਤਮ ਹੋ ਗਿਆ ਕੰਮ ਜੋ ਮੈਂ ਖੇਡਾਂ ਕੱਟੀਆਂ ਮੈਨੂੰ ਸਭ ਭੁੱਲ ਗਈਆਂ ਓ ਮਾਈ ਗਾਡ ਤੁਸੀਂ ਬਸ ਹੁਣ ਘੰਟੇ ਮਗਰੋਂ ਤੁਸੀਂ ਕਰੋ ਉਹਨਾਂ ਨੂੰ ਜਗਾਓ ਹੁਣ ਨੀਂਦ ਤੇ ਜਗਾਓ ਉਹਨਾਂ ਨੂੰ ਕਹੋ ਤਿਆਰ ਹੋ ਕੇ ਜਾਓ ਜਰਾ VFS ਆਪਣਾ ਲਗਾਓ ਤੇ ਅਜੀ ਹੁਣ ਟਿਕਟ ਸੰਧੀ ਆ ਗਿਆ ਜਿਵੇਂ ਅੱਜ ਜਮਾ ਕਰਾਇਆ ਹੁਣ ਤੇ ਫਿਰ ਜਿਵੇਂ ਬੱਚੇ ਦੇ ਨਾਂ ਦੀ ਟਿਕਟ ਚੱਕ ਸਕਦੇ ਆ ਨਹੀਂ ਅਗਰ ਜੇ ਸੀਟ ਅਵੇਲੇਬਲ ਹੋਏਗੀ ਤੇ ਉਹ ਤੇ ਟਰੈਵਲ ਏਜੰਟ ਦੱਸੂਗਾ ਨਾ ਅਗਰ ਉਸੇ ਜ਼ਰੂਰੀ ਨਹੀਂ ਕਿ ਉਸੇ ਸੀਕੁਐਂਸ ਵਿੱਚ ਸੀਟ ਹੋ ਅਗਰ ਉਸੇ ਫਲਾਈਟ ਵਿੱਚ ਸੀਟ ਅਵੇਲੇਬਲ ਹੋਏਗੀ ਤੇ ਫਿਰ ਉਹ ਤੁਹਾਨੂੰ ਸੀਟ ਦੇ ਸਕਦੇ ਆ ਸੀਟ ਹੀ ਤੁਸੀਂ ਬਾਏ ਕਰਨੀ ਹੈ ਉਹਦੇ ਨਾਲ ਇਕੱਠੇ ਆ ਸਕਦੇ ਤਿੰਨੋਂ
ਹਾਂ ਜੀ, ਉਹ ਤਾਂ ਵੈਸੇ ਉਹ ਕਹਿੰਦੇ ਸੀਗੇ ਵੀ ਕੈਥੇ ਦੀ ਲਈ ਹੈ ਤੇ ਇਹਦੇ ਵਿੱਚ ਸੀਟ ਅਵੇਲੇਬਲ ਮਿਲ ਜੂਗੀ ਉਹਨਾਂ ਨੂੰ, ਪਰ ਮੈਂ ਇਹ ਕਹਿੰਦੀ ਵੀ ਪਾਸਪੋਰਟ ਵੀ ਸਟੈਂਪ ਲੱਗ ਕੇ ਆਉਣ ਤੇ ਟਾਈਮ ਲੱਗ ਜੂਗਾ। ਦੋ ਤਿੰਨ ਦਿਨ ਤੇ ਲੱਗਨੇ ਆ, ਇਹ ਪ੍ਰੋਬਲਮ ਹੈ ਨਾ, ਇਸ ਕਰਕੇ ਸਾਡੇ ਕੋਲ ਟਾਈਮ ਨਹੀਂ ਹੈ। ਹੁਣ ਅੱਜ 5 ਤਰੀਕ ਆ, 6 ਅੱਜ 6 ਤਰੀਕ ਹੋ ਗਈ, ਅੱਜ ਤੁਸੀਂ ਜਾ ਕੇ ਸਵੇਰੇ ਜਮ੍ਹਾਂ ਕਰੋਗੇ ਤੇ 6 7 8 9 ਮਤਲਬ ਕਿ ਬਹੁਤ ਸਾਡੇ ਕੋਲ ਟਾਈਟ ਹੈ ਸਿਚੁਏਸ਼ਨ, ਮਤਲਬ ਕਿ ਸਾਨੂੰ ਮਤਲਬ ਇਮੀਡੀਏਟਲੀ ਸਾਡੇ ਕੋਲ 1-2 ਦਿਨ ਹੈ। ਟਿਕਟ ਤੁਸੀਂ ਉਹਨਾਂ ਨੂੰ ਟਰੈਵਲਰਸ ਨੂੰ ਕਹਿ ਕੇ ਹੋਲਡ ਕਰਵਾ ਲਓ, ਅਗਰ ਜੇ 2-3 ਦਿਨ ਹੋਲਡ ਕਰ ਸਕਦੇ ਤੇ ਕਨਫਰਮ ਹੋ ਜਾਏਗੀ। ਪੈਸੇ ਲੱਗਣੇ ਜ਼ਰੂਰ ਜ਼ਿਆਦਾ, ਆਮ ਸ਼ੋਰ ਕਿ ਉਹ ਸੀਟ ਮਹਿੰਗੀ ਵੇਚਣੀ ਉਹਨਾਂ ਨੇ, ਕੋਈ ਗੱਲ ਨਹੀਂ। ਪਰ ਅਗਰ ਪੋਸਿਬਿਲਟੀ ਹੈ ਤੇ ਵਾਈ ਨਾਟ, ਮੈਨੂੰ ਬੱਚਿਆਂ ਦੀ ਫਿਰ ਟੈਨਸ਼ਨ ਨਾ ਰਹੂਗੀ, ਬੱਚਿਆਂ ਦੇ ਨਾਲ ਆ ਜਾਣਗੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਉਣਾ ਚਾਹੀਦਾ। ਤੇ ਫਿਰ ਜੇ ਕੈਂਪ ਲੱਗ ਕੇ ਆ ਗਈ ਫਿਰ ਬਾਅਦ ਵਿੱਚ ਟਿਕਟ ਬੁੱਕ ਕਰਵਾਉਣ ਕਿ ਪਹਿਲਾਂ ਚੱਕ ਸਕਦੇ ਆ? ਤੁਸੀਂ ਟਰੈਵਲ ਏਜੰਟ ਨੂੰ ਪੁੱਛੋ ਮੇਰੇ, ਕਿਉਂਕਿ ਜਦ ਤੱਕ ਉਹਨਾਂ ਕੋਲ ਵੀਜ਼ਾ ਨਹੀਂ ਹੋਗਾ ਤਦ ਤੱਕ ਮੇਰੇ ਖਿਆਲ ਉਹ ਟਿਕਟ ਇਸ਼ੂ ਨਹੀਂ ਕਰ ਸਕਦੇ। ਹਾਂਜੀ ਹਾਂ, ਲੇਕਿਨ ਤੁਸੀਂ ਉਹਨਾਂ ਨੂੰ ਦੱਸੋ ਜੇ ਕਾਗਜ਼ ਹੈ ਕਿ ਵੀ ਇਹ ਅਪਰੂਵਲ ਹੈ ਤੇ ਅੱਜ ਅਸੀਂ ਜਮ੍ਹਾਂ ਕਰ ਲਿਆ, ਤੇ ਐਟ ਲੀਸਟ ਉਹ ਬੁਕਿੰਗ ਕਰਕੇ ਟਿਕਟ ਨੂੰ ਜਿਹੜੇ ਸੀਟ ਨੂੰ ਹੋਲਡ ਕਰ ਸਕਦੇ ਟਿਲ ਟਿਲ ਮੇਬੀ 1 or 2 days ਔਰ ਸਮਥਿੰਗ, ਆਈ ਡੋਨਟ ਨੋ ਕਿ ਕਿੰਨੇ ਦਿਨ ਹੋਲਡ ਕਰ ਸਕਦੇ, ਸ਼ਾਇਦ 2-3 ਦਿਨ ਤੇ ਹੋਲਡ ਅਗਰ ਕਰ ਸਕਦੇ ਤਾਂ ਵਧੀਆ ਚੀਜ਼ ਹੈ। ਹਾਂਜੀ, ਹਾਂਜੀ ਜੇ ਉਹਨਾਂ ਦਾ ਪਾਸਪੋਰਟ ਜੇ ਸੋਮਵਾਰ ਵੀ ਉਹਨਾਂ ਨੂੰ ਮਿਲਦਾ, ਮੰਗਲਵਾਰ ਵੀ ਮਿਲਦਾ, ਫਿਰ ਵੀ ਰਾਤ ਦੀ ਫਲਾਈਟ ਆ ਬੱਚਿਆਂ ਦੀ। ਬਿਲਕੁਲ 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 ਪੋਸੀਬਲ ਹੋ ਸਕਦਾ, ਕੋਈ ਇੰਪੋਸੀਬਲ ਨਹੀਂ, ਆਪਾਂ ਇਹ ਸਾਰਾ ਕਰ ਸਕਦੇ ਹਾਂ, ਬਿਲਕੁਲ ਸਾਰਾ ਹੋ ਸਕਦਾ ਹੈ। ਪਾ ਜੀ ਕਿੱਡੀ ਚੀਜ਼ ਇਨ ਪੋਸੀਬਲ ਹੋ ਗਈ ਤੇ ਇਹ ਤਾਂ ਹੁਣ ਹੀ ਸੌਖਾ। ਨਹੀਂ ਮੈਨੂੰ ਅੰਦਰੋਂ ਦਿਲੋਂ ਕਾਫੀ ਖੁਸ਼ੀ ਹੈ। ਇਹ ਐਕਚੁਅਲੀ ਇਹਦੇ ਨਾਲ ਇਹ ਸਾਨੂੰ ਇੱਕ ਹੌਸਲਾ ਮਿਲਦਾ ਕਿ ਜੋ ਅਸੀਂ ਜੋ ਕੰਮ ਕਰ ਰਹੇ ਹਾਂ ਇਹ ਆਪਾਂ ਸਹੀ ਕੰਮ ਕਰ ਰਹੇ ਹਾਂ, ਤੇ ਸਹੀ ਕੰਮ ਕਰਕੇ ਕਿਸੇ ਦੀ ਜ਼ਿੰਦਗੀ ਬਦਲ ਰਹੀ ਹੈ, ਕਿਸੇ ਦੀ ਲਾਈਫ ਚੇਂਜ ਹੋ ਰਹੀ ਹੈ, ਫੈਮਿਲੀ ਤੇ ਫੈਮਿਲੀ ਜੁੜ ਰਹੀ ਹੈ। ਮਤਲਬ ਇਹ ਸਿੰਪਲ ਇਹ ਕੋਈ ਸਿਰਫ ਬਿਜ਼ਨਸ ਨਹੀਂ ਹੈ ਕਿ ਵੀ ਇੱਥੋਂ ਪੈਸੇ ਲੈ ਕੇ ਜੀ ਇਹ ਕੰਮ ਕਰ ਲਿਆ ਜੀ ਬਾਏ ਬਾਏ, ਇਹਦੇ ਨਾਲ ਮਤਲਬ ਕਿ ਫੈਮਿਲੀ ਤੇ ਫੈਮਿਲੀ ਸਟਰਕਚਰ ਚੇਂਜ ਹੋ ਰਹੇ ਹੈ, ਦੇਖ ਲਓ। ਹਾਂਜੀ, ਪਰ ਮੈਨੂੰ ਹੋਰ ਤਾਂ ਕਿਸੇ ਨੂੰ ਪਤਾ ਨਹੀਂ ਭਾਜੀ, ਮੇਰੀ ਤਾਂ ਤੁਸੀਂ ਜ਼ਿੰਦਗੀ ਚੇਂਜ ਕਰ ਦਿੱਤੀ ਹੈ ਆਲਰੇਡੀ, ਕਿਉਂਕਿ ਇੰਨੇ ਸਾਲਾਂ ਬਾਅਦ ਵੀ ਮਿਹਨਤ ਮੇਰੇ ਪੱਲੇ ਪੈ ਗਈ ਤਾਂ ਮੈਂ ਕਿਵੇਂ ਤੁਹਾਡਾ ਸਾਨ ਭੁਲਾ ਸਕਦੀ ਹਾਂ ਸਾਰੀ ਜ਼ਿੰਦਗੀ। ਹਾਂਜੀ ਨਹੀਂ 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 ਕੋਈ ਗੱਲ ਨਹੀਂ, ਕੋਈ ਨਹੀਂ, ਤੁਸੀਂ ਲੋਕਾਂ ਨੂੰ ਬਸ ਟਿਮ ਹੋਟਨਸ ਦੀ ਕਾਫੀ ਪਾ ਜਾਓ, ਬਸ ਉੱਥੇ ਵਧੀਆ ਵਧੀਆ, ਬਸ ਉਹਦੇ ਨਾਲ ਹੀ ਸਾਰਿਆਂ ਦਾ ਭਲਾ ਹੋ ਜਾਏਗਾ। ਤਾਂ ਮਰਜੀ ਟਾਈਮ ਕੱਢੋ, ਤੁਸੀਂ ਹੁਣ ਜ਼ਰੂਰ ਪਹੁੰਚਣਾ ਸਾਡੇ ਕੋਲ, ਇੱਕ ਵਾਰੀ ਜ਼ਰੂਰ ਪਹੁੰਚੋ ਪਲੀਜ਼। ਮੈਂ 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 ਕਰਾਂਗਾ, ਦੇਖਾਂਗੇ, ਮੈਂ ਕਰਾਂਗਾ, ਮੈਂ ਸੁਖਮਨ ਨਾਲ ਗੱਲ ਕਰ ਰਿਹਾ, ਮੈਂ ਦੇਖਣਾ ਕਿ ਸ਼ਾਇਦ 11 ਤਰੀਕ ਨੂੰ ਜਾਂ ਹੋ ਸਕਦਾ ਕਿ 13 ਤਰੀਕ ਨੂੰ ਤੁਸੀਂ ਜਦ ਕਰੋਗੇ, ਸ਼ਾਇਦ ਹੋ ਸਕਦਾ ਕਿ 13 ਤਰੀਕ ਨੂੰ ਦੇਖਾਂਗੇ, ਦੇਖਦੇ ਹਾਂ ਕਿਸ ਦਿਨ ਆਉਣਾ ਹੁੰਦਾ। ਹਾਂਜੀ ਹਾਂਜੀ ਠੀਕ ਹੈ ਭਾਜੀ, ਜ਼ਰੂਰ ਪਹੁੰਚੋ ਤੁਸੀਂ। ਹਾਂਜੀ ਚਲੋ ਤੁਸੀਂ ਕਰੋ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ, ਤੁਸੀਂ ਕਰੋ ਉਹਨਾਂ ਨੂੰ ਫੋਨ ਤੇ ਦੱਸੋ ਉਹਨਾਂ ਨੂੰ, ਥੈਂਕ ਯੂ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।